पंचायती चोणां तों पहलां ही इस पिंड दे लोकां ने काले झंडे चुक ले, जिस कारण माहौल काफी तनावपूर्ण बनदा नजर आया ते खूब हंगामा होया। दरअसल जगदीप सिंह काका बराड़ ने इस पिंड दे विच पहुंचना सी, पर एमएलए दे आउण तों पहलां ही लोकां ने काले झंडे चुक के जबरदस्त विरोध किया। दरअसल रोजी बरकंदी दे एक मेंबर नूं पुलिस चुक के लै गई, जिस कारण लोकां दे विच रोस पाया गया, जिसके चलते उन्होंने काले झंडे चुक के पुलिस से दबाव पाया। रोस तो बाद पुलिस ने रोजी बरकंदी दे मेंबर नूं छड्ड दिता। दसना बनते श्री मुक्तसर साहिब हल्के दे पिंड बरकंदी विखे पंचायती चोणां नूं लैके यह माहौल भखिया। यह पिंड श्रोमणी अकाली दल के आगू ते साबका विधायक कंवरजीत सिंह रोजी बरकंदी का पिंड है, जिथे मौजूदा विधायक जगदीप सिंह काका बराड़ ने आना सी। इस तो पहला ही कथित तौर पर पिंड बरकंदी के एक आगू, जो कि रोजी बरकंदी की धिर के नाल संबंधित सी, उसनु पुलिस चुक के लै गई। इस संबंधी पिंड वासियां ने एमएलए दे आउण तों पहलां ही पिंड दे विच काले झंडे चुक के मार्च किया। पिंड वासियां दे दबाव तों बाद उस शख्स नूं छड्ड दिता गया, जिस तों बाद माहौल शांत होया। एमएलए ने आना बस कोई माड़ा मोटा भी चीनी भी गल ना हो जाएगी, तेरा थोड़ा ना आया। मैं क्या मैं लीड़े पाला कि अं चला, ਕਹਿੰਦਾ ਐਡੀ ਨਹੀਂ ਗੱਲ ਕੋਈ, ਐਡੀ ਘਬਰਾਉਣ ਵਾਲੀ ਗੱਲ ਨਹੀਂ ਕੋਈ ਨੀ। ਕਹਿੰਦਾ ਤੂੰ ਆਪਣੇ ਲੀੜੇ ਲੂੜੇ ਪਾ, ਮੈਂ ਧੋ ਕੇ ਫੇਰ ਲੈ ਜਾਣਾ। ਤੇ ਉਸ ਤੋਂ ਬਾਅਦ ਫਿਰ ਮੈਂ ਕੁੜਤਾ ਪਜਾਮਾ ਪਾ ਕੇ ਫੇਰ ਗਿਆ ਉਹਨਾਂ ਦੇ ਨਾਲ। ਉਸ ਤੋਂ ਮਲਾਜ਼ਮ ਬਹੁਤ ਵਧੀਆ ਸਿਆਣੇ ਬੰਦੇ ਸੀ, ਕੋਈ ਉਹਨਾਂ ਨੂੰ ਉੱਚੀ ਨੀ ਵੀ ਗੱਲ ਨਹੀਂ ਕੀਤੀ। ਜਾਣ ਸਾਰ ਉਹਨਾਂ ਨੇ ਮੈਨੂੰ ਬਿਠਾ ਤਾ, ਉਹ ਕਹਿੰਦੇ ਵੀ ਚਾਹ ਪਾਣੀ ਪੀਣਾ, ਚਾਹ ਪਾਣੀ ਪੀ ਲਾ, ਕੋਈ ਡਿੱਗ ਘਬਰਾਉਣ ਵਾਲੀ ਗੱਲ ਕੋਈ ਨਹੀਂ। ਕੋਈ ਚੱਕਰ ਨਹੀਂ ਕਰਦਾ ਜੀ, ਚਲੋ ਅਸੀਂ ਕਰਾ ਕੇ ਮੇਨ ਬੰਦਿਆਂ ਤੇ ਇਹਨਾਂ ਨੂੰ ਪਿੰਡ ਛਡਾ ਦਈਏ, ਇਲੈਕਸ਼ਨ 'ਚ ਨਾ ਰਹਿਣ ਦਈਏ। ਤੇ ਜੇ ਯਾਰ ਤੁਸੀਂ ਮੇਨ ਬੰਦੇ ਕੋਈ 5-10 ਵੀ ਆਪਾਂ ਨਿਕਲ ਗਏ ਪਿੰਡੋਂ, ਤੇ ਇਲੈਕਸ਼ਨ ਲੜੂ ਕੌਣ ਦਾ? ਸਹੀ ਹੈ ਜੀ, ਗੱਲ ਤੁਹਾਨੂੰ ਆਪਾਂ ਤੁਹਾਨੂੰ ਯਾਦ ਆ ਨਾ, ਇੱਕ ਇਲੈਕਸ਼ਨ ਅਸੀਂ ਜਿੱਤਿਆ ਸੀ। ਹਾਂਜੀ 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 ਜਿੱਤਿਆ ਸੀ ਨਾ, ਤੁਹਾਨੂੰ ਯਾਦ ਆ ਨਾ, ਬਿਨਾਂ ਸਰਕਾਰ ਤੋਂ ਜਦੋਂ ਰਾਤ ਨੂੰ ਪੁਲਿਸ ਟਿੱਬੀ ਤੇ ਹਾਂਜੀ ਹਾਂਜੀ ਮੈਂ ਉਹ ਗੱਲ ਕਹਿਣ ਲੱਗਾ ਸੀ। ਕੋਸ਼ਿਸ਼ ਕੀਤੀ ਸੀ ਵੀ ਅਗਲੇ ਦਿਨ ਆਪਾਂ ਪਰਚੇ ਹੋਣ ਜਾਂ ਆ ਲੜਨ, ਆਪਾਂ ਵੋਟਾਂ ਪਾਈਆਂ ਸੀ ਤਗੜੇ ਹੋ ਕੇ ਜਿੱਤੇ ਸੀ ਨਾ, ਤੁਹਾਨੂੰ ਯਾਦ ਆ ਨਾ? ਹਾਂਜੀ 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 ਉਹ ਹੀ ਮਾਹੌਲ ਅੱਜ ਉਦੋਂ ਸਰਪੰਚ ਵੇਲੇ। ਹਾਂ ਚੜ੍ਹਦੀ ਕਲਾ ਰੱਖੇ ਤੈਨੂੰ, ਸਾਰੇ ਪਿੰਡ ਵਾਸੀਆਂ ਨੂੰ ਮੇਰੇ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਰੇ ਮੇਰੇ ਮਗਰ ਇਕੱਠੇ ਹੋਏ ਆ। ਤੇ ਦੂਜੇ ਨੰਬਰ ਤੇ ਮੈਂ ਬਰਕੰਦੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਪਹਿਲੇ ਬੋਲ ਤੇ ਮੇਰੇ ਘਰੇ ਪਹੁੰਚੇ ਆ, ਉਸ ਤੋਂ ਬਾਅਦ ਇਹ ਥਾਣੇ ਗਏ ਆ, ਮੇਰੇ ਮਗਰ ਖੜੇ ਆ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਇੱਕ ਮੇਰੀ ਬੇਨਤੀ ਆ,